Are you starting to watch again? ਰਾਤ ਨੂੰ ਕੋਈ 2 ਵਜੇ ਦਾ ਟਾਈਮ ਸੀ ਜਦੋਂ ਮੇਰੀ ਮਾਂ ਜਾ ਕੇ ਮੇਰੇ ਸਾਹਮਣੇ ਜੀਪ ਦੇ ਸਾਹਮਣੇ ਖੜੀ ਹੋ ਗਈ। ਮੇਰੀ ਬੈਕ ਤੇ ਬਲਾਸਟ ਹੋ ਰਿਹਾ ਸੀ, ਜੋ ਅਸੀਂ ਰੈਲਵੈਂਸੀਆਂ ਬਲਾਸਟ ਕਰ ਰਹੇ ਸੀ ਨਾਈਟ ਸ਼ਿਫਟ। ਰਾਤੀ 2 ਵਜੇ ਬੰਬੇ ਅੰਬਾਲੇ ਤੋਂ ਬੰਬੇ ਪਹੁੰਚ ਗਈ। ਠੀਕ ਹੈ ਜੀ, ਉਹ ਮੇਰੇ ਸਾਹਮਣੇ ਖੜੀ ਹੋ ਗਈ। ਉਹ ਮੈਨੂੰ ਕਹਿੰਦੀ ਹੈ ਜੀ, ਸ਼ਾਰਟ ਚ ਗੱਲ ਕਰਦੇ ਸ਼ਾਰਟ ਸ਼ਾਰਟ ਆਪਾਂ ਵੀਡੀਓ ਪਾ ਰਹੇ ਹਾਂ। ਉਹ ਮੈਨੂੰ ਕਹਿੰਦੀ ਹੈ ਜੀ ਕਿ ਤੂੰ ਇੱਥੇ ਨੌਕਰੀ ਕਰਨ ਤੈਨੂੰ ਭੇਜਿਆ ਸੀ, ਘਰ ਦੀ ਜ਼ਮੀਨ ਜਾਇਦਾਦ ਸਾਰਾ ਕੁਝ ਬੇਕਾਰ ਹੁੰਦਾ, ਤੂੰ ਸਾਰਾ ਕੁਝ ਛੱਡ ਕੇ ਉੱਥੇ ਇੱਥੇ ਨੌਕਰੀਆਂ ਕਰਦਾ। ਮਤਲਬ ਕਿ ਤੁਹਾਨੂੰ ਸਮਝ ਗਿਆ, ਇਹਨਾਂ ਨੂੰ ਤਾਂ ਜੀ ਉਹਨਾਂ ਨੇ ਨੌਕਰੀ ਛਡਵਾਤੀ ਇਹਨਾਂ ਦੀ, ਤੇ ਨੌਕਰੀ ਛਡਵਾ ਕੇ ਇਹਨਾਂ ਨੂੰ ਵਾਪਸ ਘਰੇ ਲੈ ਜੀ ਆਪਣੇ ਕੋਲੇ ਰੱਖਣਾ। ਜੋ ਇਹਨਾਂ ਦੇ ਦੂਜੇ ਬ੍ਰਦਰ ਜਿਹੜਾ ਸਿਸਟਰ ਸਾਰੇ ਆਪੋ ਆਪਣੀ ਵੈਲ ਸੈਟਲ ਆ ਜੀ। ਉਹ ਇੱਕ ਭਰਾ ਇਹਨਾਂ ਦਾ ਫੌਜ ਸੀਗਾ ਜੀ, ਇੱਕ ਬ੍ਰਦਰ ਇਹਨਾਂ ਦਾ ਖੰਨੇ ਆ ਜੀ, ਕੋਠੀ ਪਾਈ ਹੋਈ, ਇੱਕ ਦੀ ਰਾਜਪੁਰੇ ਪਾਈ ਹੋਈ ਆ, ਇੱਕ ਅੰਬਾਲੇ ਰਹਿੰਦੀ ਇਹਨਾਂ ਦੀ ਸਿਸਟਰ ਵੱਡੀ, ਇੱਕ ਸਿਸਟਰ ਇਹਨਾਂ ਦੀ ਸਭ ਤੋਂ ਛੋਟੀ ਹੈ ਜਿਹੜੀ ਉਹ ਜੰਮੂ 'ਚ ਰਹਿੰਦੇ ਆ ਚੰਗੇ ਵਧੀਆ। ਉਹ ਕਹਿੰਦੇ ਵੀ ਵੈਲ ਸੈਟਲ ਫੈਮਿਲੀ ਨੂੰ ਬਿਲੋਂਗ ਕਰਦੇ ਆ, ਉਹ ਬੀਜੇਪੀ ਦੇ ਵਿੱਚ ਲੀਡਰ ਵੀ ਹੈ ਜੀ ਉਹ। ਅਤੇ ਪਰ ਇਹਨਾਂ ਨੂੰ ਜੀ ਕੋਈ ਨਹੀਂ ਪੁੱਛਦਾ ਸੀ। 4 ਸਾਲਾਂ ਤੋਂ ਸਿਰਸਗੜ੍ਹ ਏਰੀਏ ਦੇ ਵਿੱਚ ਲਵਾਰਸ ਪੈਂਦੇ ਸੀਗੇ ਜੀ। ਇੱਕ ਕਿੱਥੇ ਪੈਂਦੇ ਸੀਗੇ ਭਾਈ ਰਾਤ ਨੂੰ ਤੁਸੀਂ? ਬੱਸ ਸਟੈਂਡ, ਬੱਸ ਸਟੈਂਡ ਦੇ ਉੱਤੇ ਸੁਣਦੇ ਸੀ ਇਹ ਜੀ, ਗਿੰਦੇ ਕੱਪੜਿਆਂ ਦੇ ਵਿੱਚ ਘੁੰਮਦੇ ਸੀ, ਪੈਰ ਦੇ ਵਿੱਚ ਇਹਨਾਂ ਦੇ ਜਾਖਮ ਆਇਆ ਸੀ, ਕੀੜੇ ਪੈ ਚੁੱਕੇ ਸੀਗੇ ਜੀ। ਉੱਥੋਂ ਦੀਆਂ ਸੰਗਤਾਂ ਨੇ ਸਾਨੂੰ ਫੋਨ ਕੀਤਾ, ਸਾਨੂੰ ਉਹਨਾਂ ਨੇ ਕਿਹਾ ਵੀ ਜੇਤਾ ਮਿਲਦੇ ਅਸੀਂ ਫਿਰ ਇਹਨਾਂ ਨੂੰ ਜਾ ਕੇ ਉੱਥੋਂ ਲੈ ਕੇ ਆਏ ਜੀ। ਗੁਰੂ ਮਹਾਰਾਜ ਦੀ ਕਿਰਪਾ ਨਾ, ਜੋ ਕਿ ਅੱਜ ਸਾਡੇ ਕੋਲ ਰਹਿ ਰਹੇ ਆ, ਉਹ ਮਹਾਰਾਜ ਦੀ ਕਿਰਪਾ ਜੀ, ਜਿਹਦੇ ਕਰਕੇ ਅੱਜ ਠੀਕ ਵੀ ਹੋ ਰਹੇ ਆ ਜੀ। ਅਤੇ ਹੁਣ ਜੀ ਇਹਨਾਂ ਨੂੰ ਕੋਈ ਇਹਨਾਂ ਦਾ ਪਰਿਵਾਰ ਜੀ ਕੋਈ ਸੰਭਾਲ ਨਹੀਂ ਰਿਹਾ ਜੀ। ਇਹਦੀ ਵਾਈਫ ਨੂੰ ਪਤਾ ਲੱਗ ਗਿਆ ਸੀ ਇਹਨਾਂ ਦੇ ਬਾਰੇ ਵੀ ਸਾਡੇ ਕੋਲ ਰਹਿੰਦੇ ਆ, ਇਹਦੀ ਵਾਈਫ ਨੂੰ ਰਾਤ ਨੂੰ ਪਤਾ ਲੱਗ ਗਿਆ। ਉਹਨਾਂ ਨੇ ਸਾਨੂੰ ਫੋਨ ਕੀਤਾ ਅਤੇ ਮੋਰਨਿੰਗ ਦੇ ਵਿੱਚ ਆਪਣੇ ਬ੍ਰਦਰ ਨੂੰ ਨਾਲ ਲੈ ਕੇ ਇੱਥੇ ਆ ਗਏ। ਅਤੇ ਉਹ ਆਪਦੇ ਬੱਚਿਆਂ ਨੂੰ ਪਾ ਰਹੀ ਹੈ ਜੀ ਜੋਬ ਕਰਕੇ, ਉਹ ਆਪਣੇ ਪ੍ਰਾਈਵੇਟ ਜੋਬ ਕਰਦੇ ਆ, ਕੋਈ ਲੁਧਿਆਣਾ ਉੱਥੇ ਦਿੱਲੀ ਕਿਰਾਏ ਦੇ ਰਹਿੰਦੇ ਆ ਕਿਤੇ ਉਹ ਜੀ। ਅਤੇ ਉਹ ਆਪਦੇ ਬੱਚਿਆਂ ਨੂੰ ਪਾਲਦੇ ਆ, ਉਹਨਾਂ ਨੂੰ ਇੰਨਾ ਟੋਨੇ ਵੱਲੋਂ ਵੀ ਕੋਈ ਸਪੋਰਟ ਨਹੀਂ ਮਿਲੀ, ਟੋਨੇ ਦੀ ਫੈਮਿਲੀ ਬਲੀਵ ਉਹਨਾਂ ਨੂੰ ਕੋਈ ਸਪੋਰਟ ਨਹੀਂ ਮਿਲੀ। ਅਤੇ ਇੱਕ ਤਾਂ ਅਸੀਂ ਬੇਨਤੀ ਕਰਦੇ ਹਾਂ ਇਹਨਾਂ ਨੇ ਜੀ, ਮੇਰਾ ਘਰ ਵੇਚ ਦਿੱਤਾ ਜਿੱਥੇ ਮੇਰੇ ਬੱਚੇ ਰਹਿੰਦੇ ਸੀ, ਮੇਰੀ ਮਾਂ ਨੂੰ ਅਰਗ ਲਾ ਕੇ ਘਰ ਵੇਚ ਦਿੱਤਾ, ਮੇਰੀ ਜ਼ਮੀਨ ਵੇਚ ਦਿੱਤੀ, ਜਾਇਦਾਦ ਵੇਚ ਦਿੱਤੀ, ਨੌਕਰੀ ਛੁਡਵਾ ਦਿੱਤੀ, ਸਰਟੀਫਿਕੇਟ ਖਤਮ ਕਰ ਦਿੱਤੇ, ਮੇਰੀ ਮੇਰੀ ਮੈਡਲ ਚਲਾ ਗਿਆ, ਮੈਨੂੰ ਪਤਾ ਹੀ ਨਹੀਂ ਕਿੱਥੇ ਗਿਆ, ਕੌਣ ਲੈ ਗਿਆ, ਜਦੋਂ ਘਰ ਤੋਂ ਬੇਘਰ ਉਸ ਟਾਈਮ ਕੌਣ ਸੀ ਤੁਹਾਡੇ ਘਰ ਦਾ? ਚਲੋ ਕੋਈ ਗੱਲ ਨਹੀਂ, ਐਨੀਵੇ ਹੁਣ ਧੋਨੀ ਜੀ ਦੀ ਸਿਹਤ ਦੀ ਇੱਕ ਪ੍ਰੋਬਲਮ ਆ ਜੀ, ਜਿੱਦਾਂ ਨੇ ਸਾਡੇ ਕੋਲ ਆਇਆ ਸੀ ਉਹਨਾਂ ਨੂੰ ਹਰਨੀਆਂ ਦੀ ਪ੍ਰੋਬਲਮ ਆ ਕਾਫੀ ਜ਼ਿਆਦਾ।
ਮੇਰੇ ਬੱਚਿਆਂ ਕੋਲ ਘਰ ਨੀ ਜੀ, ਮੇਰੇ ਬੱਚਿਆਂ ਕੋਲ ਬਾਹਰ ਨੀ ਜੀ, ਅਸੀਂ ਗੁਰੂ ਦੇ ਮੰਨਣ ਵਾਲੇ ਬੱਚਿਆਂ ਜੀ, ਦੋਨੋਂ ਇਦਾਰਿਆਂ ਚ ਗੁਰੂ ਗੋਬਿੰਦ ਸਿੰਘ ਦੀਆਂ ਰੈਲੇਵੈਂਸੀਆਂ ਨੇ, ਅਸੀਂ ਚੁੱਪ ਹੋ ਕੇ ਕੁਛ ਉਹ ਜ਼ਮੀਨੋਂ ਜਾਇਦਾਦ ਛੱਡੀ ਸਾਡੀ, ਅਸੀਂ ਕੁਛ ਵੀ ਨੀ ਬੋਲਦੇ ਤੁਹਾਡੀ ਕਿਹੜੀ ਸਿੱਖ ਸਥਾਪਨਾ ਸਾਨੂੰ ਪਤਾ ਨਹੀਂ, ਕਿਹੜੀ ਤੁਹਾਡੀ ਸਿੱਖ ਸਥਾਪਨਾ ਹੋਣੀ ਹੈ, ਕਿਹੜੀ ਸਥਾਪਨਾ ਕਰਨੀ ਹੈ, ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਵੀ ਤੁਸੀਂ ਗੁਰੂ ਦੇ ਤੌਰ ਤੇ ਬੱਚੇ ਗੱਡੀ ਚਲਾ ਦਿੱਤੇ, ਅਸੀਂ ਬੇਨਤੀ ਕਰਦੇ ਹਾਂ ਵੀ ਇਹਨਾਂ ਦਾ ਆਪਣਾ ਸਿੱਖਾਂ ਨੂੰ ਇਹਨਾਂ ਨੇ ਹਰਨੀਆਂ ਦਾ ਪ੍ਰੇਸ਼ਨ ਹੈ ਜੀ ਪਰਸੋਂ, ਤੇ ਅਸੀਂ ਚਾਹੁੰਦੇ ਹਾਂ ਵੀ ਇਹਨਾਂ ਦੇ ਪਰਿਵਾਰ ਦੇ ਜਿਹੜੇ ਵੀਰ ਦੇਖਦੇ ਸਾਨੂੰ, ਭੈਣਾਂ ਦੇਖਦੀਆਂ ਵੀ ਇਹਨਾਂ ਦੀਆਂ, ਸਾਨੂੰ ਪਤਾ ਕੋਈ ਕਾਲ ਵੀ ਆਈ ਜਿਹਨਾਂ ਦੇ ਸਿਸਟਮ ਦੀ, ਪਰ ਸਾਡੇ ਕੋਲ ਉਹਨਾਂ ਦਾ ਨੰਬਰ ਹੈ ਨੀ, ਜਿਹੜੇ ਨੰਬਰ ਨੂੰ ਫੋਨ ਆਇਆ ਸੀ ਉੱਥੇ ਮੈਂ ਬੈਂਕ ਤੋਂ ਲਈ ਸੀ, ਫੋਨ ਲੱਗ ਨਹੀਂ ਰਿਹਾ ਜੀ, ਤੇ ਅਸੀਂ ਚਾਹੁੰਦੇ ਹਾਂ ਵੀ ਆ ਕੇ ਇਹਨਾਂ ਦਾ ਟ੍ਰੀਟਮੈਂਟ ਦੇ ਵਿੱਚ ਇਹਨਾਂ ਦਾ ਬਣਦਾ ਸਹਿਯੋਗ ਜਿਹੜਾ ਸਾਡੇ ਨਾਲ ਮੋਬਾਈਲ ਕਮਿਊਨਿਟੀ ਹੈ ਤੁਸੀਂ ਬਕਵਾਸ, ਤੁਹਾਡੇ 50 10